أعوذ بالله من الشيطان الرجيم بسم الله الرحمن الرحيم سونے کثیر کلیاون والیاں دی ڈوب کے بند خلاص کرن والیاں دی کھول کے تے ترن والیاں دی تیر کے پھر اگے بدن والیاں دی دوڑ کے تدبیر کرن والیاں دی کم دی جس دن کمبے گی کمبن والی مگروں آوے گی اس دن مگروں آون والی یعنی زمین نوں پچالو تے پچال آوے گا کئی دل اس دن خوف نال تڑکدے ہون گے ਅੱਖੀਆਂ ਉਹਨਾਂ ਦੀਆਂ ਨੀਵੀਆਂ ਹੋਣਗੀਆਂ ਲੋਕ ਆਖਦੇ ਨੇ ਭਲਾ ਅਸੀਂ ਜ਼ਰੂਰ ਮੋੜੇ ਜਾਵਾਂਗੇ ਪਹਿਲੇ ਹਾਲ ਵਿੱਚ ਭਲਾ ਜਦ ਹੋ ਚੁੱਕੇ ਹਾਂ ਅਸੀਂ ਹੱਡੀਆਂ ਭੁੱਗੀਆਂ ਆਖਿਓ ਨੇ ਤਦ ਮੁੜਨਾ ਹੈ ਬੜਾ ਘਾਟੇ ਵਾਲਾ ਸੋ ਉਹ ਮੁੜ ਆਵਣਾ ਤੇ ਨਿਰਾ ਇੱਕੋ ਝਿੜਕ ਦੀ ਮਾਰ ਹੈ ਫਿਰ ਤਦੋਂ ਹੀ ਉਹ ਆ ਰਹਿਣਗੇ ਖੁੱਲ੍ਹੇ ਮੈਦਾਨ ਵਿੱਚ ਕੁਝ ਪਹੁੰਚੀਏ ਤੈਨੂੰ ਗੱਲ ਮੂਸਾ ਦੀ ਜਦੋਂ ਆਵਾਜ਼ ਮਾਰੀ ਉਹਨੂੰ ਉਹਦੇ ਰੱਬ ਨੇ ਪਾਕ ਮੈਦਾਨ ਤਬਾਹ ਵਿੱਚ ਜਾ ਫਿਰ ਆਉਣ ਵੱਲ ਉਹ ਜ਼ਰੂਰ ਫਿੱਟ ਗਿਆ ਹੈ ਫਿਰ ਆਖ ਭਲਾ ਤੇਰਾ ਜੀ ਕਰਦਾ ਜੇ ਸੌਰ ਜਾਏ ਤੇ ਦੱਸਾਂ ਮੈਂ ਤੈਨੂੰ ਰਾਹ ਤੇਰੇ ਰੱਬ ਦਾ ਫਿਰ ਤੈਨੂੰ ਡਰ ਹੋਵੇ ਉਹਦਾ ਫਿਰ ਵਿਖਾਇਓ ਸੂ ਉਹਨੂੰ ਉਹ ਬੜੀ ਨਿਸ਼ਾਨੀ ਫਿਰ ਝੁਠਲਾਇਓ ਸੂ ਤੇ ਨਾ ਮੰਨਿਓ ਸੂ ਫਿਰ ਪਿੱਛਾ ਫੇਰ ਕੇ ਚਲਾ ਗਿਆ ਚਾਲਬਾਜ਼ੀਆਂ ਕਰਨ ਲਈ ਫਿਰ ਇਕੱਠਾ ਕੀਤਾ ਸੀ ਲੋਕਾਂ ਨੂੰ ਤੇ ਫਿਰ ਬੋਲਿਆ ਮੈਂ ਹੀ ਹਾਂ ਰੱਬ ਤੁਹਾਡਾ ਸਭ ਤੋਂ ਵੱਡਾ ਫਿਰ ਫੜਿਆ ਉਹਨੂੰ ਅੱਲਾ ਨੇ ਅਜ਼ਾਬ ਵਿੱਚ ਆਖਰਤ ਤੇ ਦੁਨੀਆਂ ਦੇ ਜ਼ਰੂਰ ਇਸ ਵਿੱਚ ਕਿਆਸ ਕਰਨ ਦਾ ਥਾਂ ਉਹਦੇ ਲਈ ਜਿਹੜਾ ਡਰਦਾ ਹੈ ਭਲਾ ਤੁਹਾਡਾ ਪੈਦਾ ਕਰਨਾ ਔਖਾ ਹੈ ਜਾਂ ਆਸਮਾਨ ਦਾ ਉਹਨ ਉਹ ਬੁਨਾਇਆ ਉੱਚੀ ਕੀਤੀ ਬੁਲੰਦੀ ਉਸ ਦੀ ਫਿਰ ਉਸ ਨੂੰ ਸਾਫ਼ ਕੀਤਾ ਤੇ ਹਨੇਰੀ ਕੀਤੀ ਰਾਤ ਉਸ ਦੀ ਤੇ ਕੱਢੀ ਧੁੱਪ ਉਸ ਦੀ ਤੇ ਜ਼ਮੀਨ ਇਦੋਂ ਪਿੱਛੋਂ ਸਾਫ਼ ਵਿਛਾਈ ਕੱਢਿਆ ਉਸ ਤੋਂ ਪਾਣੀ ਤੇ ਚਾਰਾ ਉਸ ਦਾ ਤੇ ਪਹਾੜ ਗੱਢ ਦਿੱਤੇ ਕੰਮ ਤੁਰਨ ਲਈ ਤੁਹਾਡਾ ਤੇ ਤੁਹਾਡੇ ਚੌਖਰਾਂ ਦਾ ਜਦ ਆਵੇਗਾ ਉਹ ਬੜਾ ਹੰਗਾਮਾ ਜਿਸ ਦਿਨ ਯਾਦ ਕਰ ਲਏਗਾ ਆਦਮੀ ਜੋ ਕਮਾਇਓ ਸੂ ਜ਼ਾਹਿਰ ਕੀਤਾ ਜਾਏਗਾ ਦੋਜ਼ਖ ਹਰ ਵੇਖਣ ਵਾਲੇ ਲਈ ਫਿਰ ਜਿਹੜਾ ਤੇ ਹੱਦੋਂ ਲੰਘ ਗਿਆ ਅੱਗੇ ਧਰ ਲਿਆ ਦੁਨੀਆਂ ਦਾ ਜੀਵਣਾ ਉਹ ਜ਼ਰੂਰ ਦੋਜ਼ਖ ਹੀ ਉਹਦਾ ਟਿਕਾਣਾ ਜਿਹੜਾ ਡਰਿਆ ਆਪਣੇ ਰੱਬ ਦੇ ਸਾਹਮਣੇ ਖਲੋਣ ਤੋਂ ਤੇ ਰੋਕਿਆ ਜੀ ਨੂੰ ਚਾਹ ਤੋਂ ਸੋ ਜ਼ਰੂਰ ਬਹਿਸ਼ਤੀ ਹੈ ਟਿਕਾਣਾ ਜਿਹਦੇ ਨੇ ਤੈਨੂੰ ਵਕਤ ਕਿਆਮਤ ਦਾ ਕਦੋਂ ਹੀ ਖੜਾ ਕਰਨਾ ਉਸਦਾ ਤੂੰ ਕਿਸ ਗੱਲ ਵਿੱਚ ਉਸਦਾ ਵਕਤ ਬਿਆਨ ਕਰਨੇ ਤੋਂ ਰਾਬੀ ਤੀਕ ਜਾ ਮੁਕਣਾ ਉਸ ਦੀ ਖਬਰ ਦਾ ਤੂੰ ਨੇਰਾ ਡਰਾਉਣ ਵਾਲਾ ਹੈ ਉਹਨਾਂ ਨੂੰ ਜਿਹੜਾ ਉਸਦਾ ਅੰਦੇਸ਼ਾ ਰੱਖਿਆ ਕਰੇ ਜਿਸ ਦਿਨ ਵੇਖਣਗੇ ਉਸ ਨੂੰ ਮਹਿਸੂਸ ਕਰਨਗੇ ਜੋ ਨਹੀਂ ਠਹਿਰੇ ਪਰ ਇੱਕ ਲੌਡੇ ਵੇਲਾ ਜਾਂ ਛਾ ਵੇਲਾ।